ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦੇ ਆ ਤੁਹਾਡੇ ਸਿਤਾਰੇ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀ ਮਾਨ। ਕਹਿੰਦੇ ਆ ਕਿ ਕਹਿਣ ਨਾਲੋਂ ਕਠਿਨ ਸੁਣਨਾ ਹੁੰਦਾ ਹੈ ਤੇ ਸੁਣਨ ਤੋਂ ਕਠਿਨ ਕੀ ਹੈ, ਸਹਿਣਾ ਹੁੰਦਾ ਹੈ। ਮਤਲਬ ਕਿ ਸੁਣਨਾ ਤੇ ਚਲੋ ਔਖਾ ਹੈ ਹੀ ਹੈ, ਪਰ ਜੇ ਕੋਈ ਗੱਲ ਸਹਿਣੀ ਪੈ ਜਾਵੇ ਉਹ ਤੇ ਉਸ ਤੋਂ ਵੀ ਔਖੀ ਹੁੰਦੀ ਹੈ। ਤੇ ਜ਼ਰੂਰੀ ਕੀ ਹੈ ਕਿ ਸਭ ਤੋਂ ਕਠਿਨ ਹੁੰਦਾ ਹੈ ਤਕਰੀਬਨ ਕਿਸੇ ਦੇ ਬੋਲੇ ਹੋਏ ਸ਼ਬਦਾਂ ਦੇ ਫੱਟ ਨੂੰ ਭੁੱਲ ਜਾਣਾ। ਤਾਂ ਕੀ ਹੈ ਕਿ ਜਿੰਨੀ ਜਲਦੀ ਅਸੀਂ ਆਪਣੇ ਮਨ ਤੋਂ ਬੋਝ ਕਿਸੇ ਵੀ ਚੀਜ਼ ਦਾ ਕੱਢਦੇ ਹਾਂ ਤਾਂ ਉਨੇ ਹਲਕੇ ਅਸੀਂ ਹੀ ਹੁੰਦੇ। ਤਾਂ ਇਸ ਕਰਕੇ ਭਾਵੇਂ ਕੋਈ ਕਿੰਨਾ ਵੀ ਕਠਿਨ ਸ਼ਬਦ ਜਾਂ ਕੋਈ ਕਿੰਨੇ ਵੀ ਅਪਸ਼ਬਦ ਜਾਂ ਕੋਈ ਕਿੰਨੀ ਵੀ ਚੀਜ਼ ਗਹਿਰੀ ਜਾਂ ਦੁੱਖਦਾਈ ਕਿਉਂ ਨਾ ਹੋਵੇ, ਉਹਨੂੰ ਜਲਦੀ ਤੋਂ ਜਲਦੀ ਆਪਣੇ ਮਨ ਆਪਣੇ ਦਿਮਾਗ ਤੋਂ ਕੱਢ ਲੈਣਾ ਚਾਹੀਦਾ, ਸਾਡੇ ਲਈ ਹੀ ਚੰਗਾ। ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ ਯਾਨੀ ਸਿਤਾਰਿਆਂ ਦੀ ਸਥਿਤੀ ਤੇ ਉਸ ਮੁਤਾਬਕ ਹਮੇਸ਼ਾ ਦੀ ਤਰ੍ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ ਤੇ ਚਰਚਾ ਕਰਾਂਗੇ। ਅੱਜ 23 ਸਪਤੰਬਰ 2024 ਦਿਨ ਸੋਮਵਾਰ ਦਾ ਤਿਥੀ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਛਠੀ ਤਿਥੀ ਦਾ ਸ਼ਰਾਧ 1:51 ਤੱਕ ਰਹੇਗਾ ਤੇ ਉਸ ਤੋਂ ਬਾਅਦ ਸੱਤਵੀਂ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ। ਅੱਜ ਦੇ ਦਿਨ 23 ਤਰੀਕ ਯਾਨੀ ਸੋਮਵਾਰ ਵਾਲੇ ਦਿਨ ਰੋਹਿਣੀ ਨਕਸ਼ਤਰ ਰਹੇਗਾ ਤੇ ਜੋ ਭਦਰਾਏ 1:51 ਤੋਂ ਸ਼ੁਰੂ ਹੋ ਕੇ 25:15 ਤੱਕ ਚੱਲੇਗੀ। ਛਠੀ ਅਤੇ ਸੱਤਵੀਂ ਤਿਥੀ ਦਾ ਸ਼ਰਾਧ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਹੇਗਾ ਤੇ ਨਾਲ ਹੀ ਅੱਜ ਬੁੱਧ ਕੰਨਿਆ ਰਾਸ਼ੀ ਵਿੱਚ ਚਲੇ ਜਾਣਗੇ, ਉੱਚ ਦੇ ਬੁੱਧ ਹੋ ਜਾਣਗੇ। ਪਹਿਲਾਂ ਤੋਂ ਸੰਗਰਾਂਦ ਤੋਂ ਜਦੋਂ ਦਾ ਸੂ ਮਹੀਨਾ ਸ਼ੁਰੂ ਹੋਇਆ ਸੂਰਜ ਉੱਥੇ ਬੈਠੇ ਆ ਤੇ ਹੁਣ ਸੂਰਜ ਬੁੱਧ ਦੀ ਜੁੱਤੀ ਬਣੇਗੀ। ਤੇ ਕੇਤੂ ਪਹਿਲਾਂ ਤੋਂ ਹੀ ਬਿਰਾਜਮਾਨ ਸੀ ਜੋ ਹਜੇ ਲੰਬਾ ਸਮਾਂ ਇੱਥੇ ਚੱਲਣ ਵਾਲੇ ਆ। ਤਕਰੀਬਨ ਦਿਨੇ 10:10 ਤੇ ਬੁੱਧ ਰਾਸ਼ੀ ਪਰਿਵਰਤਨ ਕਰਕੇ ਜਾਣਗੇ। ਸ਼ੁੱਕਰ ਸਵਾਤੀ ਨਕਸ਼ਤਰ ਵਿੱਚ ਜਾਣਗੇ ਤੇ ਰਾਸ਼ੀ ਪਰਿਵਰਤਨ ਹਜੇ ਨਹੀਂ ਕਰਨਗੇ, ਸ਼ੁੱਕਰ ਤੁਲਾ ਰਾਸ਼ੀ ਵਿੱਚ ਹੀ ਬਣੇ ਰਹਿਣਗੇ 18 ਤਰੀਕ ਤੋਂ ਜੋ ਆ ਚੁੱਕੇ ਆ। ਤੇ ਅੱਜ ਜੋ ਬੁੱਧ ਨੇ ਉਹ ਵੀ ਸੂਰਜ ਬੁੱਧ ਦੀ ਜੁੱਤੀ ਬਣੇਗੀ ਜੋ ਕਿ ਮੰਗਲ ਨੂੰ ਥੋੜ੍ਹਾ ਨੇਕ ਕਰੇਗੀ ਤੇ ਗ੍ਰਹਿ ਨੂੰ ਥੋੜ੍ਹਾ ਜਿਹਾ ਸ਼ਾਂਤ ਵੀ ਕਰਨ ਵਿੱਚ, ਕਿਉਂਕਿ ਉੱਚ ਦਾ ਬੁੱਧ ਸ਼ੁਭ ਮੰਨਿਆ ਜਾਂਦਾ ਹੈ। ਠੀਕ ਹੈ, ਚਲੋ ਰਾਹੂ ਕਾਲ ਦਾ ਟਾਈਮ ਤੁਹਾਨੂੰ ਦੱਸਦੇ ਹਾਂ ਜੀ। 7:30 ਤੋਂ ਲੈ ਕੇ 9 ਦਾ ਟਾਈਮ ਅੱਜ 23 ਸਪਤੰਬਰ ਨੂੰ ਰਾਹੂ ਕਾਲ ਦਾ ਟਾਈਮ 7:30 ਤੋਂ ਲੈ ਕੇ 9 ਤੱਕ ਰਹੇਗਾ। ਇਹ ਸੀ ਜੀ ਪੰਚਾਂਗ ਯਾਨੀ ਸਿਤਾਰਿਆਂ ਦੀ ਸਥਿਤੀ ਤੇ ਹੁਣ ਜਾਣਾਂਗੇ ਇਸ ਦਾ ਪ੍ਰਭਾਵ। ਉਸ ਤੋਂ ਪਹਿਲਾਂ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਜਨਮ ਦਿਨ ਹੈ ਅੱਜ ਦੇ ਦਿਨ, ਸ਼ਾਦੀ ਦੀ ਸਾਲਗਿਰਾ ਹੈ, ਸ਼ੁਭ ਸਾਲ ਜਾਵੇ ਤੁਹਾਡਾ। ਇਹ ਦੁਆਵਾਂ ਹਰ ਕਿਸੇ ਤੋਂ ਲਓ, ਕਹਿ ਕੇ ਲਓ ਕਿ ਭਾਈ ਜਨਮ ਦਿਨ ਹੈ, ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਲਓ। ਤੇ ਸਭ ਤੋਂ ਜ਼ਿਆਦਾ ਮਨ ਤੋਂ ਦਿਲ ਤੋਂ ਆਸ਼ੀਰਵਾਦ ਕੌਣ ਦਿੰਦਾ ਹੈ? ਸਾਡੇ ਸ਼ੁਭ ਚਿੰਤਕ। ਸ਼ੁਭ ਚਿੰਤਕ ਕੌਣ? ਮਾਤਾ ਪਿਤਾ ਤੋਂ ਵੱਡਾ ਸ਼ੁਭ ਚਿੰਤਕ ਕੌਣ ਹੋ ਸਕਦਾ? ਚਲੋ ਸ਼ਰਾਧ ਚੱਲਦੇ ਪਏ ਆ, ਵੱਡੇ ਵਡੇਰਿਆਂ ਦੇ ਨਾਮ ਤੇ ਪੇੜ ਲਗਾਓ ਕਿਤੇ। ਜਿਉਂ ਜਿਉਂ ਵਧੇਗਾ ਤੇ ਸਮਝੋ ਇਸ ਧਰਤੀ ਲਈ ਵੀ ਕੁਛ ਅਸੀਂ ਕੀਤਾ ਤੇ ਆਕਸੀਜਨ ਵੀ ਆਈ, ਤੇ ਨਾਲ ਪੰਛੀਆਂ ਨੂੰ ਕੁਝ ਨਾ ਕੁਝ ਪਾਓ ਤੇ ਉਸ ਜਗ੍ਹਾ ਤੇ ਜਿਸ ਜਗ੍ਹਾ ਪੇੜ ਲਗਾਓ, ਵੈਸੇ ਹੀ ਪੰਛੀਆਂ ਨੇ ਆ ਕੇ ਬੈਠਣਾ ਹੈ ਤੇ ਦੁਆਵਾਂ ਮਿਲ ਹੀ ਜਾਣੀਆਂ ਨੇ, ਹੈ ਨਾ। ਫਰੂਟ ਦਾ ਯਾਨੀ ਕਿ ਅਮਰੂਦ ਦਾ ਪੇੜ ਵੀ ਤੁਸੀਂ ਲਗਾ ਸਕਦੇ ਹੋ, ਫਲਾਂ ਦੇ ਪੇੜ ਲਗਾ ਸਕਦੇ ਹੋ ਤੇ ਕੋਈ ਵੀ ਸ਼ਾਮ ਵਾਲਾ ਪੇੜ ਲਗਾਓ, ਅੱਛਾ ਫਲ ਮਿਲੇਗਾ ਤੇ ਕਿਸੇ ਜ਼ਰੂਰਤਮੰਦ ਨੂੰ ਜੁੱਤੀ ਵੀ ਦੇ ਸਕਦੇ ਹੋ ਅੱਜ ਦੇ ਦਿਨ। ਠੀਕ ਹੈ, ਚਲੋ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸ਼ੁਰੂਆਤ ਕਰਾਂਗੇ ਐਰੀਜ਼ਾਨੀ ਮੇਸ਼ ਰਾਸ਼ੀ। ਮੇਸ਼ ਰਾਸ਼ੀ ਵਾਲਿਆਂ ਦੇ ਲਈ ਗੁਰੂ ਚੰਦਰ ਦਾ ਗਜ ਕੇਸਰੀ ਯੋਗ ਬਣਿਆ ਹੋਇਆ, ਕਿਉਂਕਿ ਚੰਦਰਮਾ ਜੋ ਹੈ ਅੱਜ 23 ਸਪਤੰਬਰ ਸੋਮਵਾਰ ਵਾਲੇ ਦਿਨ ਬ੍ਰਿਖ ਰਾਸ਼ੀ ਵਿੱਚ ਹੈ ਤੇ ਬ੍ਰਿਖ ਰਾਸ਼ੀ ਵਿੱਚ ਚੰਦਰਮਾ ਉੱਚ ਦੇ ਮੰਨੇ ਜਾਂਦੇ ਆ ਤੇ ਗੁਰੂ ਪਹਿਲਾਂ ਤੋਂ ਹੀ ਉੱਥੇ ਆ। ਗੁਰੂ ਚੰਦਰ ਦਾ ਯੋਗ ਜੋ ਹੈ ਤੇ ਨਕਸ਼ਤਰ ਦੇ ਮੁਤਾਬਕ, ਕਿਉਂਕਿ ਚੰਦਰਮਾ ਰੋਹਿਣੀ ਨਕਸ਼ਤਰ ਵਿੱਚ ਹੈ ਤੇ ਵਧੀਆ ਹੀ ਆ, ਦਿਨ ਵਧੀਆ ਜਾਏਗਾ ਜੀ ਤੁਹਾਡਾ, ਬੜਾ ਵਧੀਆ ਆਸ਼ੀਰਵਾਦ ਬਜ਼ੁਰਗਾਂ ਦੇ ਨਾਲ ਅੱਗੇ ਵਧਣ ਵਿੱਚ ਮਦਦ ਮਿਲੇਗੀ। ਰਾਤ 10 ਤੱਕ ਜਦੋਂ ਤੱਕ ਰੋਹਿਣੀ ਨਕਸ਼ਤਰ ਹੈ ਉਦੋਂ ਤੱਕ ਘਰੇਲੂ ਪਰਿਵਾਰ ਵਿੱਚ ਬੈਠ ਕੇ, ਆਪਣੇ ਪਰਿਵਾਰ ਵਿੱਚ ਬੈਠ ਕੇ ਘਰ ਰਾਤ ਦਾ ਖਾਣਾ ਖਾਣਾ ਜਾਂ ਇੱਕ ਟਾਈਮ ਖਾਣਾ ਖਾਣਾ ਗੁਰੂ ਚੰਦਰ ਦੇ ਗਜ ਕੇਸਰੀ ਯੋਗ ਨੂੰ ਸ਼ੁਭਤਾ ਦੇਵੇਗਾ। ਪੀਲਾ ਰੰਗ ਅੱਜ ਤੁਹਾਡਾ ਸ਼ੁਭ ਰਹਿਣ ਵਾਲਾ ਹੈ, ਪੀਲੇ ਰੰਗ ਦਾ ਰੁਮਾਲ ਵੀ ਆਪਣੇ ਕੋਲ ਰੱਖ ਸਕਦੇ ਹੋ ਤੇ ਧਾਰਮਿਕ ਸਥਾਨ ਤੇ ਚਨੇ ਦੀ ਦਾਲ ਦਾ ਦਾਨ ਕਰਨਾ ਵੀ ਸ਼ੁਭਤਾ ਦੇਵੇਗਾ।
ਦੀ ਸ਼ੁਭ ਰੰਗ ਜਿੱਦਾਂ ਆਪਾਂ ਦੱਸਿਆ ਤੁਹਾਨੂੰ ਪੀਲਾ ਅਤੇ ਸ਼ੁਭ ਨੰਬਰ ਰਹੇਗਾ ਜੀ ਇੱਕ ਨੰਬਰ ਟੌਰਸ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਦੇ ਲਈ ਜੋ ਨਕਸ਼ੱਤਰ ਹੈ ਰੋਹਿਣੀ ਉਹ ਭਾਵੇਂ ਮਿੱਤਰ ਨਹੀਂ ਹੈ ਪਰ ਨੁਕਸਾਨ ਵੀ ਨਹੀਂ ਕਰਨ ਵਾਲਾ। ਲਗਨ ਵਿੱਚ ਬੈਠਾ ਗੁਰੂ ਚੰਦਰ ਦਾ ਯੋਗ ਸਿਹਤ ਖਰਾਬ ਕਰ ਸਕਦਾ ਹੈ। ਠੀਕ ਹੈ ਵਿਆਹ ਸ਼ਾਦੀ ਲਈ ਰਿਸ਼ਤੇ ਆ ਰਹੇ ਨੇ, ਸ਼ਰਾਧਾਂ ਕਰਕੇ ਤੁਸੀਂ ਨਹੀਂ ਕਰ ਰਹੇ, ਪਰ ਵਿਆਹ ਸ਼ਾਦੀ ਲਈ ਤਾਂ ਸਿਤਾਰੇ ਤੁਹਾਡੇ ਸ਼ੁਭ ਹੀ ਚੱਲਦੇ ਪਏ ਨੇ ਕਿ ਨਵੇਂ ਲੋਕ ਤੁਹਾਡੇ ਨਾਲ ਜੁੜਨਗੇ, ਤੁਹਾਡੀਆਂ ਤਾਰੀਫਾਂ ਵੀ ਕਰਨਗੇ ਅਤੇ ਨੇਮ ਫੇਮ ਵੀ ਵਧੇਗਾ ਅਤੇ ਇੱਕ ਕੌਨਫੀਡੈਂਸ ਜਿਹਾ ਜੋ ਤੁਹਾਡੇ ਮਨ ਵਿੱਚ ਬਣਿਆ ਰਹਿਣ ਵਾਲਾ ਹੈ। ਧਿਆਨ ਰੱਖਣਾ ਜੀ ਸਿਰਫ ਖਾਣ ਪੀਣ ਦਾ ਅਤੇ ਬਾਕੀ ਸਿਤਾਰੇ ਸ਼ੁਭ ਹੀ ਨੇ। ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਲਗਨ ਵਿੱਚ ਪਰਸਨੈਲਿਟੀ ਨੂੰ ਅੱਛੀ ਬਣਾਏਗਾ, ਇੰਪਰੈਸ਼ਨ ਅੱਛਾ ਦੇਵੇਗਾ। ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਅਤੇ ਅੱਜ ਦੇ ਦਿਨ ਤੁਹਾਡਾ ਸ਼ੁਭ ਰੰਗ ਰਹੇਗਾ ਜੀ ਵਾਈਟ ਕਲਰ ਅਤੇ ਸ਼ੁਭ ਨੰਬਰ ਰਹੇਗਾ ਤਕਰੀਬਨ 3। ਜੈਮਿਨੀ ਮਿਥੁਨ ਰਾਸ਼ੀ ਵਾਲਿਆਂ ਦੇ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ 12ਵੇਂ ਸਥਾਨ ਵਿੱਚ, ਗੁਰੂ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਅਤੇ 10ਵੇਂ ਖਾਨੇ ਦਾ ਮਾਲਕ ਹੈ, ਤਾਂ ਇਸ ਕਰਕੇ ਜੀਵਨ ਸਾਥੀ ਨਾਲ ਬਹਿਸਬਾਜ਼ੀ ਕਰਨੀ ਘਰ ਦਾ ਮਾਹੌਲ ਖਰਾਬ ਕਰਾਏਗੀ, ਨੁਕਸਾਨ ਹੀ ਹੋ ਜਾਏਗਾ। ਛੋਟੀ ਮੋਟੀ ਨੋਕ ਚੋਕ ਵੱਡਾ ਰੂਪ ਧਾਰਨ ਕਰ ਜਾਂਦੀ ਹੈ, ਤੁਸੀਂ ਜਾਣਦੇ ਹੋ। ਜਾਣੇ ਅਣਜਾਣੇ ਵਿੱਚ ਆਪਣੇ ਸ਼ਬਦਾਂ 'ਤੇ ਕੰਟਰੋਲ ਰੱਖ ਕੇ ਹੀ ਚੱਲੋ, ਆਂਢ ਗੁਆਂਢ ਵਿੱਚ ਵੀ ਬਣਾ ਕੇ ਹੀ ਚੱਲੋ ਤਾਂ ਵਧੀਆ, ਕਿਉਂਕਿ ਮੰਗਲ ਤੁਹਾਡੇ ਲਗਨ 'ਚ ਚੱਲ ਰਿਹਾ। ਮਾਨਸਿਕ ਕਲਪਾਟ ਤੁਹਾਨੂੰ ਛੇਤੀ ਹੋ ਜਾਂਦੀ ਹੈ, ਸਿਹਤ ਕਦੇ ਕਦੇ ਜਲਦੀ ਖਰਾਬ ਹੋਣ ਲੱਗਦੀ ਹੈ, ਤਾਂ ਮੰਗਲ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ, ਤੁਸੀਂ ਬਦਾਨਾ ਲੈ ਕੇ ਬੱਚਿਆਂ ਨੂੰ ਦੇ ਦੇਣਾ ਅਤੇ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ। ਸ਼ੁਭ ਰੰਗ ਅੱਜ ਮੈਰੂਨ ਰਹੇਗਾ ਅਤੇ ਸ਼ੁਭ ਨੰਬਰ ਰਹੇਗਾ 4। ਕੈਂਸਰ ਕਰਕ ਰਾਸ਼ੀ, ਕਰਕ ਰਾਸ਼ੀ ਦੇ ਲਈ ਉੱਚ ਦਾ ਚੰਦਰਮਾ ਅਤੇ ਗੁਰੂ ਨਾਲ ਯੋਗ ਬਹੁਤ ਹੀ ਵਧੀਆ, ਉਹ ਵੀ ਇਨਕਮ ਸਥਾਨ ਵਿੱਚ। ਇਨਕਮ ਧਨ ਅਤੇ ਬਿਜ਼ਨਸ ਲਈ ਨਵੇਂ ਰਸਤੇ ਵੀ ਖੁੱਲ੍ਹਣਗੇ, ਮਨ ਵੀ ਖੁਸ਼ ਰਹੇਗਾ ਅਤੇ ਕਾਫ਼ੀ ਜ਼ਿਆਦਾ ਮਿਹਨਤ ਤੁਸੀਂ ਆਪਣੀ ਫੀਲਡ ਵਿੱਚ ਕਰੋਗੇ ਅਤੇ ਕੁਲੀਗ ਆਲੇ ਦੁਆਲੇ ਦਾ ਸਾਥ ਵੀ ਪੂਰਾ ਮਿਲਣਾ। ਕੋਈ ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਕਾਲਾ ਨੀਲਾ ਰੰਗ ਅੱਜ ਪਾਉਣਾ ਨਹੀਂ ਹੈ ਅਤੇ ਘਰ ਤੋਂ ਸ਼ੁਰੂਆਤ ਕਰਨੀ ਹੈ ਮਾਤਾ ਪਿਤਾ ਦੇ ਪੈਰੀਂ ਹੱਥ ਲਗਾ ਕੇ। ਦਿਨ ਵੀ ਵਧੀਆ ਜਾਏਗਾ ਅਤੇ ਮਨੋਬਲ ਵੀ ਵਧਿਆ ਰਹੇਗਾ। ਲੀਓ ਸਿੰਘ ਰਾਸ਼ੀ, ਸਿੰਘ ਰਾਸ਼ੀ ਵਾਲਿਆਂ ਦੇ ਲਈ 10ਵੇਂ ਸਥਾਨ ਵਿੱਚ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਅਤੇ ਨਾਲ ਬ੍ਰਹਿਸਪਤ ਜੋ ਹੈ ਨਾ ਤੁਹਾਡੇ 8ਵੇਂ ਖਾਨੇ ਦਾ ਮਾਲਕ ਹੈ, ਤਾਂ ਥੋੜ੍ਹੀ ਪਿਤਾ ਦੀ ਸਿਹਤ, ਬਜ਼ੁਰਗਾਂ ਦੀ ਸਿਹਤ ਸੰਭਾਲੋ, ਹਸਪਤਾਲਾਂ ਦੇ ਚੱਕਰ ਲੱਗ ਸਕਦੇ ਆ ਉਹਨਾਂ ਦੀ ਸਿਹਤ ਦੀ ਵਜ੍ਹਾ ਨਾਲ। ਚੰਦਰ ਦਾ ਨਕਸ਼ੱਤਰ, ਚੰਦਰ ਭਾਵੇਂ ਸੂਰਜ ਦਾ ਮਿੱਤਰ ਹੈ ਪਰ 12ਵੇਂ ਖਾਨੇ ਦਾ ਮਾਲਕ ਹੋਣ ਕਰਕੇ ਵਾਧੂ ਜੇ ਖਰਚੇ ਦਿਮਾਗ 'ਤੇ ਅੱਜ ਬੋਝ ਰੱਖ ਸਕਦੇ ਆ। ਚਲੋ ਬੁੱਧ ਨੇ ਅੱਜ ਰਾਸ਼ੀ ਪਰਿਵਰਤਨ ਕਰਕੇ ਧਨ ਸਥਾਨ ਵਿੱਚ ਚਲਾ ਜਾਣਾ, ਇਨਕਮ ਦਾ ਮਾਲਕ ਹੈ ਅਤੇ ਇਹਨੇ ਤੁਹਾਨੂੰ ਅੱਛੇ ਰਸਤੇ ਬਿਜ਼ਨਸ ਤੌਰ 'ਤੇ ਦੇ ਦੇਣੇ ਨੇ। ਵਿਦੇਸ਼ ਯਾਤਰਾ ਲਈ ਵੀ ਅਗਰ ਤੁਸੀਂ ਸੋਚ ਰਹੇ ਹੋ ਤਾਂ ਕੋਈ ਪੇਪਰ ਵਰਕ 'ਚ ਪ੍ਰੋਬਲਮ ਆਈ ਹੈ ਤਾਂ ਉਸਦਾ ਵੀ ਰਸਤਾ ਮਿਲ ਜਾਏਗਾ। ਬਸ ਅੱਜ ਦੇ ਦਿਨ ਤੁਸੀਂ ਧਿਆਨ ਰੱਖਣਾ ਹੈ ਕਿ ਕੇਸਰੀ ਰੰਗ ਦਾ ਰੁਮਾਲ ਆਪਣੇ ਕੋਲ ਰੱਖ ਲੈਣਾ ਹੈ ਅਤੇ ਚੰਦਰ ਨੂੰ ਸ਼ੁਭ ਕਰਨ ਦੇ ਲਈ ਮਿਸ਼ਰੀ ਦਾ ਸੇਵਨ ਕਰ ਲੈਣਾ ਹੈ। ਸ਼ੁਭ ਜੋ ਰੰਗ ਹੈ ਉਹ ਤੁਹਾਡਾ ਰਹੇਗਾ ਜੀ ਤਕਰੀਬਨ ਬਰਾਊਨ ਕਲਰ ਅਤੇ ਸ਼ੁਭ ਨੰਬਰ 5। ਵਰਗੋ ਕੰਨਿਆ ਰਾਸ਼ੀ, ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਛਾ ਹੋ ਜਾਣਾ ਅੱਜ ਤੋਂ 10:10 'ਤੇ ਹੀ ਬੁੱਧ ਨੇ ਲਗਨ 'ਚ ਆ ਜਾਣਾ। ਬੁੱਧ ਤੁਹਾਡੇ ਲਗਨ, ਤੁਹਾਡੀ ਰਾਸ਼ੀ ਦਾ ਮਾਲਕ ਦੇਖੋ, ਉੱਚ ਦਾ ਬੁੱਧ ਲਗਨ ਵਿੱਚ ਬੜੀ ਅੱਛੀ ਪਰਸਨੈਲਿਟੀ ਹੋਈ, ਪਰਿਵਾਰ ਨਾਲ ਤੁਹਾਡਾ ਸੁਰ ਮਿਲਣੇ ਸ਼ੁਰੂ ਹੋ ਗਏ ਹੈ ਨਾ। ਪਰੇਸ਼ਾਨੀਆਂ ਕਾਫ਼ੀ ਸਾਰੀਆਂ ਸੀ ਜੋ ਤੁਹਾਨੂੰ ਲੱਗ ਰਿਹਾ ਸੀ ਕਿ ਬਿਜ਼ਨਸ 'ਚ ਵੀ ਘਾਟਾ ਜਾ ਰਿਹਾ ਹੈ, ਜੋ ਵੀ ਕੰਮ ਕਰਨ ਜਾਂਦੇ ਆ ਰੁਕਾਵਟ ਪੈ ਜਾਂਦੀ ਹੈ, ਤਾਂ ਉੱਚ ਦਾ ਬੁੱਧ ਤੁਹਾਨੂੰ ਕਾਫ਼ੀ ਸਮਝਦਾਰੀ ਦੇ ਸਕਦਾ ਹੈ। ਰਾਜਨੀਤੀ ਵਿੱਚ ਨਾਮ ਲਈ ਵੀ, ਚੰਗੀ ਪੋਸਟ ਲਈ ਵੀ ਜੋ ਕੰਮ ਤੁਹਾਡੇ ਰੁਕੇ ਹੋਏ ਸੀ ਉਹ ਹੋ ਸਕਦੇ ਆ, ਤਾਂ ਤੁਹਾਡੀ ਕੀਤੀ ਗਈ ਹਲਕੀ ਜਿਹੀ ਕੋਸ਼ਿਸ਼ ਵੀ ਤੁਹਾਨੂੰ ਕਾਮਯਾਬੀ ਦਵਾ ਸਕਦੀ ਹੈ। ਬਸ ਕੋਸ਼ਿਸ਼ ਕਰੋ, ਰਾਜਨੀਤਿਕ ਅੱਛੇ ਲੋਕਾਂ ਨਾਲ ਸੰਬੰਧ ਵਧਾਓ, ਗੁੜ ਦਾ ਸੇਵਨ ਬਿਲਕੁਲ ਨਾ ਕਰੋ ਅਤੇ ਕੇਤੂ ਨੂੰ ਸ਼ੁਭ ਕਰਨ ਲਈ ਹੁਣ, ਕਿਉਂਕਿ ਬੁੱਧ ਕੇਤੂ ਦਾ ਵੀ ਗ੍ਰਹਿਣ ਯੋਗ ਬਣੇਗਾ, ਕੁੱਤੇ ਨੂੰ ਰੋਟੀ ਪਾਉਂਦੇ ਰਹੋ। ਸ਼ੁਭ ਰੰਗ ਅੱਜ ਡਾਰਕ ਜਾਮਨੀ ਕਲਰ ਅਤੇ ਸ਼ੁਭ ਨੰਬਰ 6। ਲਿਬਰਾ ਤੁਲਾ ਰਾਸ਼ੀ, ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰਿਆਂ ਦੇ ਹਿਸਾਬ ਨਾਲ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ 8ਵੇਂ ਸਥਾਨ ਵਿੱਚ ਹੈ ਤਾਂ ਯਾਤਰਾ ਦੌਰਾਨ ਸਿਹਤ ਦਾ ਧਿਆਨ ਰੱਖਣਾ ਹੈ। ਲੱਤ ਬਾਂਹ 'ਤੇ ਸੱਟ ਵੱਜ ਸਕਦੀ ਆ। ਘਰ ਵਿੱਚ ਕੰਸਟਰਕਸ਼ਨ ਦਾ ਕੰਮ ਤੁਸੀਂ ਕਰਾ ਰਹੇ ਹੋ ਤਾਂ ਬੜੇ ਪਿਆਰ ਨਾਲ ਮਜ਼ਦੂਰਾਂ ਨੂੰ ਕੁਝ ਨਾ ਕੁਝ ਖਾਣ ਨੂੰ ਦਿਓ, ਉਹਨਾਂ ਨਾਲ ਨਾ ਵਿਗਾੜੋ, ਨਾ ਹੀ ਉਹਨਾਂ ਨੂੰ ਕੋਈ ਅਪਸ਼ਬਦ ਬੋਲੋ।
ਦੇਖੋ ਕਿਉਂਕਿ ਬੁੱਧ ਤੁਹਾਡੇ ਕਿਸਮਤ ਦਾ ਮਾਲਕ ਹੈ, 12ਵੇਂ ਸਥਾਨ ਵਿੱਚ ਜਾ ਰਿਹਾ, ਭਾਵੇਂ ਮਿੱਤਰ ਹੈ ਪਰ 12ਵੇਂ ਬੁੱਧ ਜ਼ਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ, ਨੁਕਸਾਨ ਹੋ ਜਾਏਗਾ ਬਿਨਾਂ ਵਜ੍ਹਾ ਤੋਂ। ਕੋਸ਼ਿਸ਼ ਕਰਨੀ ਅੱਜ ਤੁਸੀਂ ਸੂਰਜ ਨੂੰ ਸ਼ੁਭ ਕਰਨ ਦੇ ਲਈ ਅਤੇ ਚਨੇ ਦੀ ਦਾਲ ਅਤੇ ਥੋੜ੍ਹੇ ਜਿਹੇ ਚੌਲ ਮਿਕਸ ਕਰਕੇ ਧਾਰਮਿਕ ਸਥਾਨ 'ਤੇ ਰੱਖ ਦੇਣੇ ਆ ਜਾਂ ਪੰਛੀਆਂ ਨੂੰ ਪਾ ਦੇਣੇ ਆ, ਤਾਂ ਹੀ ਦਿਨ ਅੱਛਾ ਜਾ ਸਕਦਾ। ਡਾਰਕ ਫਰੋਜ਼ੀ ਕਲਰ ਤੁਹਾਡਾ ਸ਼ੁਭ ਰਹੇਗਾ, ਸ਼ੁਭ ਨੰਬਰ 2। ਅਗਲੀ ਰਾਸ਼ੀ ਸਕੋਰਪੀਓ ਵ੍ਰਿਸ਼ਚਿਕ ਰਾਸ਼ੀ। ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਗੁਰੂ ਚੰਦਰ ਦਾ ਗਜ ਕੇਸਰੀ ਯੋਗ ਲੱਗਿਆ 7ਵੇਂ ਸਥਾਨ ਵਿੱਚ, ਬਹੁਤ ਹੀ ਅੱਛਾ। ਮਨ ਵੀ ਖੁਸ਼ ਹੋਇਆ, ਸ਼ੋਪਿੰਗ ਲਈ ਵੀ ਮਨ ਅੱਛਾ ਹੋਇਆ, ਔਰ ਸੈਰ ਸਪਾਟੇ ਲਈ ਜੋ ਵੀ ਤੁਸੀਂ ਸੋਚ ਰਹੇ ਹੋ ਆਪਣੇ ਮਨ ਦੇ ਵਿੱਚ, ਉਸ ਅਨੁਸਾਰ ਸਭ ਚੀਜ਼ਾਂ ਹੋਣ, ਇਹਦੇ ਲਈ ਤੁਹਾਡਾ ਜੋ ਹੈ ਮਨ ਅਤੇ ਦਿਮਾਗ ਦੋਨੋਂ ਸਟੇਬਲ ਹੋ ਕੇ ਚੱਲਣਗੇ ਅਤੇ ਭੱਜ ਨੱਠ ਅੱਜ ਬਣੀ ਰਹਿਣ ਵਾਲੀ ਹੈ। ਆਪਣੀ ਪਰਸਨੈਲਿਟੀ, ਆਪਣਾ ਮਨ ਅਤੇ ਕਈ ਚੀਜ਼ਾਂ ਨੂੰ ਲੈ ਕੇ ਤੁਸੀਂ ਇਮੋਸ਼ਨਲ ਰਹੋਗੇ। ਧਨ ਅਤੇ ਕੰਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ, ਸਿਹਤ ਵੀ ਅੱਛੀ ਰਹੇਗੀ, ਪਰ ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ। ਅਤੇ ਨਾਲ ਹੀ ਤੁਸੀਂ ਅੱਜ ਦੇ ਦਿਨ ਤੁਹਾਡਾ ਸ਼ੁਭ ਰੰਗ ਰਹੇਗਾ ਜੀ ਰੈੱਡ ਕਲਰ ਅਤੇ ਸ਼ੁਭ ਨੰਬਰ ਰਹੇਗਾ 5। ਅਗਲੀ ਰਾਸ਼ੀ ਸੈਜੀਟੇਰੀਅਸ ਧਨੂ ਰਾਸ਼ੀ। ਧਨੂ ਰਾਸ਼ੀ ਦੇ ਲਈ ਗੁਰੂ ਚੰਦਰ ਦਾ ਗਜ ਕੇਸਰੀ ਯੋਗ ਲੱਗਿਆ 6ਵੇਂ ਸਥਾਨ ਵਿੱਚ, ਨਾਲ ਹੀ ਜੋ ਨਕਸ਼ਤਰ ਹੈ ਚੰਦਰ ਦਾ ਅਤੇ ਉਹ ਭਾਵੇਂ ਮਿੱਤਰ ਹੀ ਹੈ ਪਰ ਉਹ 8ਵੇਂ ਸਥਾਨ ਦਾ ਹੋਣ ਕਰਕੇ ਅਤੇ ਉਸਦੀ ਯੁਤੀ 6ਵੇਂ ਸਥਾਨ ਵਿੱਚ ਹੋਣ ਕਰਕੇ ਕਿਸੇ ਪੁਰਾਣੇ ਲਏ ਪੈਸੇ ਨੂੰ ਜਾਂ ਪੁਰਾਣੇ ਲੋਨ ਦੇ ਵਧਣ ਕਰਕੇ ਜਾਂ ਪੁਰਾਣੇ ਕਰਜ਼ਾ ਲਿਆ ਹੋਣ ਕਰਕੇ ਉਸ ਕਰਕੇ ਥੋੜ੍ਹੀਆਂ ਚਿੰਤਾਵਾਂ ਵੱਧ ਜਾਣਗੀਆਂ। ਬਾਹਰੀ ਤੌਰ 'ਤੇ ਸੈਟਿੰਗ ਲਈ ਤੁਹਾਡੀ ਕੀਤੀ ਕੋਸ਼ਿਸ਼ ਵੀ ਥੋੜ੍ਹੀ ਡਿਲੇਅ ਹੋ ਸਕਦੀ ਹੈ, ਕਿਸੇ ਵੀ ਕੰਮ ਨੂੰ ਚਲਾਉਣ ਲਈ ਕੋਈ ਮੀਟਿੰਗ ਕਰਨੀ ਸੀ ਤਾਂ ਉਹ ਅੱਗੇ ਪੈ ਸਕਦੀ ਹੈ। ਤਾਂ ਇਹ ਨਹੀਂ ਹੈ ਕਿ ਕੋਈ ਨੁਕਸਾਨ ਕਰਨ ਵਾਲਾ, ਗੁਰੂ ਤੁਹਾਡੇ ਲਗਨ ਦਾ ਮਾਲਕ ਹੈ, ਗੱਜ ਕੇਸਰੀ ਯੋਗ ਬਣਾ ਰਿਹਾ ਅਤੇ ਉਸਦਾ ਨਕਸ਼ਤਰ ਚੰਦਰ ਦਾ ਚੱਲ ਰਿਹਾ। ਬਸ ਜ਼ਿਆਦਾ ਇਮੋਸ਼ਨਲ ਨਹੀਂ ਹੋਣਾ, ਮਨ ਦੀ ਬਜਾਏ ਦਿਮਾਗ ਤੋਂ ਫੈਸਲੇ ਲੈਣੇ ਆ, ਅਤੇ ਸਭ ਤੋਂ ਜ਼ਰੂਰੀ ਮੋਟਾਪੇ 'ਤੇ ਕੰਟਰੋਲ ਕਰਨਾ ਹੈ, ਤਾਂ ਹੀ ਸਿਤਾਰੇ ਅਤੇ ਮਨ ਅਤੇ ਦਿਮਾਗ ਅਤੇ ਸਰੀਰ ਤਿੰਨੋਂ ਚੀਜ਼ਾਂ ਸ਼ੁਭ ਰਹਿਣਗੀਆਂ। ਸ਼ੁਭ ਰੰਗ ਅੱਜ ਦੇ ਦਿਨ ਰਹੇਗਾ ਕੌਫੀ ਕਲਰ, ਸ਼ੁਭ ਨੰਬਰ 10। ਕੈਪਰੀਕੋਨ ਮਕਰ ਰਾਸ਼ੀ। ਮਕਰ ਰਾਸ਼ੀ ਦੇ ਲਈ ਸਭ ਤੋਂ ਅੱਛਾ ਹੋ ਗਿਆ ਜੀ, ਬੁੱਧ 8ਵੇਂ ਸਥਾਨ ਚੋਂ ਨਿਕਲ ਕੇ 9ਵੇਂ ਸਥਾਨ ਵਿੱਚ ਗਿਆ, ਸਾਹ ਆਇਆ, ਪਰੇਸ਼ਾਨੀਆਂ ਘਟੀਆਂ, ਸਿਹਤ ਠੀਕ ਹੋਣੀ ਸ਼ੁਰੂ ਹੋ ਜਾਏਗੀ, ਸਰਕਾਰੀ ਮਦਦ ਕਿਸੇ ਦੀ ਮਿਲ ਜਾਏਗੀ। ਕੋਈ ਪੋਸਟ ਲਈ ਤੁਸੀਂ ਖੜਨਾ ਸੀ ਜਾਂ ਲੜਨਾ ਸੀ ਕਿਸੇ ਵੀ ਚੀਜ਼ ਲਈ, ਤੁਹਾਡਾ ਕੋਈ ਕੰਪੀਟੀਟਰ ਸੀ ਤੁਹਾਡੇ ਨਾਲ, ਤਾਂ ਉਹਦੇ ਨਾਲ ਆਰਾਮ ਨਾਲ ਤੁਹਾਡੇ ਸਿਤਾਰੇ ਵੀ ਸ਼ੁਭ ਅਤੇ ਹੋਣ ਕਰਕੇ ਉਹਨਾਂ ਵੱਲੋਂ ਰਸਤੇ ਤੁਹਾਨੂੰ ਪਿਆਰ ਵਾਲੇ, ਆਪਾਂ ਕਹਿ ਸਕਦੇ ਹਾਂ ਕਿ ਸਹਿਜਤਾ ਨਾਲ ਬਾਰੋ ਬਾਰ ਗੱਲ ਨਿਬੇੜਨ ਵਾਲੇ ਮਿਲ ਜਾਣਗੇ। ਕੋਰਟ ਕਚਹਿਰੀ ਦੇ ਚੱਕਰਾਂ ਤੋਂ ਵੀ ਨਿਜ਼ਾਤ ਮਿਲਣੀ ਸ਼ੁਰੂ ਹੋ ਜਾਏਗੀ। ਬਸ ਸ਼ਨੀ ਨੂੰ ਸ਼ੁਭ ਕਰਨਾ, ਸੋਮਵਾਰ ਦਾ ਦਿਨ ਹੈ ਅੱਜ, ਕੀ ਕਰੋ ਤੁਸੀਂ, ਇੱਕ ਦੁੱਧ ਦਾ ਪੈਕਟ ਲਓ ਅਤੇ ਸ਼ਿਵ ਭੋਲੇਨਾਥ ਦੇ ਮੰਦਰ ਰੱਖੋ ਅਤੇ ਵੱਡੇ ਵਡੇਰਿਆਂ ਦੇ ਨਾਂ 'ਤੇ ਬੱਚਿਆਂ ਨੂੰ ਕੁਝ ਖਾਣ ਨੂੰ ਦੇ ਦਿਓ, ਦਿਨ ਵਧੀਆ ਜਾਏਗਾ। ਕਲਰ ਕੋਈ ਵੀ ਪਹਿਨ ਸਕਦੇ ਹੋ, ਬਸ ਰੈੱਡ, ਮੈਰੂਨ ਅਤੇ ਗੁਲਾਬੀ ਰੰਗ ਤੋਂ ਪਰਹੇਜ਼ ਰੱਖਣਾ ਹੈ, ਤਿੰਨੋਂ ਕਲਰ ਮੰਗਲ ਦੇ ਮੰਨੇ ਜਾਂਦੇ ਆ। ਅਗਲੀ ਰਾਸ਼ੀ ਐਕਿਊਰਸ ਯਾਨੀ ਕੁੰਭ ਰਾਸ਼ੀ। ਕੁੰਭ ਰਾਸ਼ੀ ਦੇ ਲਈ ਦੇਖੋ, ਬੁੱਧ ਭਾਵੇਂ ਉੱਚ ਦਾ ਹੋ ਰਿਹਾ, ਤੁਹਾਡਾ ਮਿੱਤਰ ਹੈ, ਤੁਹਾਡੀ ਸੋਚ ਦਾ ਮਾਲਕ ਹੈ, ਪਰ 8ਵੇਂ ਸਥਾਨ ਵਿੱਚ ਆ ਰਿਹਾ, ਉਹ ਵੀ ਸੂਰਜ ਦੇ ਨਾਲ, ਅਤੇ ਸੂਰਜ ਤੁਹਾਡੇ 7ਵੇਂ ਖਾਨੇ ਦਾ ਮਾਲਕ, ਤਾਂ ਜੀਵਨ ਸਾਥੀ ਦੀ ਸਿਹਤ ਸੰਭਾਲਣੀ ਜ਼ਰੂਰੀ ਰਹੇਗੀ, ਉਸ ਦੀ ਵਜ੍ਹਾ ਨਾਲ ਕੀ ਹੋਏਗਾ, ਹੋਸਪਿਟਲ ਦੇ ਚੱਕਰ ਲੱਗ ਸਕਦੇ, ਕੋਈ ਨਾ ਕੋਈ ਦਿਮਾਗੀ ਉਲਝੇਵਾਂ ਬਿਨਾਂ ਵਜ੍ਹਾ ਤੋਂ ਖੜਾ ਹੋ ਸਕਦਾ, ਭੈਣ ਭੂਆ ਦੀ ਸਿਹਤ ਖਰਾਬ ਹੋ ਸਕਦੀ, ਹੁਣ ਬੁੱਧ ਨਾਲ ਸੰਬੰਧਿਤ ਚੀਜ਼ਾਂ ਹੋ ਸਕਦੀਆਂ ਨੇ ਗ੍ਰਹਿਆਂ ਦੇ ਮੁਤਾਬਕ। ਤਾਂ ਇਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਜੀ, ਪੰਛੀਆਂ ਨੂੰ ਸਤਨਾਜਾ ਪਾਉਂਦੇ ਰਹੋ, ਧਾਰਮਿਕ ਸਥਾਨ 'ਤੇ ਸਤਨਾਜਾ ਰੱਖਦੇ ਰਹੋ ਜਦੋਂ ਤੱਕ ਬੁੱਧ 8ਵੇਂ ਸਥਾਨ ਵਿੱਚ ਰਹੇਗਾ। ਗੱਲ ਕਰੀਏ ਗਜ ਕੇਸਰੀ ਯੋਗ ਦੀ, ਤਾਂ ਬਹੁਤ ਹੀ ਸ਼ੁਭ ਹੈ, ਘਰ ਵਿੱਚ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ, ਆਉਣ ਵਾਲੇ ਕੱਲ੍ਹ ਨੂੰ ਲੈ ਕੇ ਪਲੈਨਿੰਗਾਂ ਬਣਨਗੀਆਂ ਅਤੇ ਧਾਰਮਿਕ ਫੰਕਸ਼ਨ ਕਰਾਉਣ ਬਾਰੇ ਤੁਸੀਂ ਸੋਚ ਰਹੇ ਹੋ ਅੱਗੇ ਜਾ ਕੇ, ਤਾਂ ਉਹ ਵੀ ਤੁਹਾਡੇ ਮਨ ਨੂੰ ਖੁਸ਼ੀ ਹੀ ਦੇਵੇਗਾ। ਤਾਂ ਕੀ ਕਰਨਾ ਸ਼ਨੀ ਨੂੰ ਸ਼ੁਭ ਕਰਨ ਦੇ ਲਈ, ਤੁਸੀਂ ਅੱਜ ਇੱਕ ਤਾਂ ਹਲਕਾ ਜਾਂ ਡਾਰਕ ਗ੍ਰੇ ਕਲਰ ਪਹਿਨ ਸਕਦੇ ਹੋ ਤੁਸੀਂ, ਸ਼ੁਭ ਨੰਬਰ ਰਹੇਗਾ 12 ਅਤੇ ਘਰ ਤੋਂ ਨਿਕਲਦੇ ਸਮੇਂ ਮਿਸ਼ਰੀ ਦਾ ਸੇਵਨ ਕਰਕੇ ਜਾਓ। ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦੇ ਸਿਤਾਰੇ ਜੀ, ਜੋ ਬੁੱਧ ਜਾ ਰਿਹਾ 7ਵੇਂ ਸਥਾਨ ਵਿੱਚ ਉੱਚ ਦਾ ਬੁੱਧ, ਬਿਜ਼ਨਸ, ਕੰਮਕਾਰ ਅਤੇ ਸੁੱਖਾਂ ਲਈ ਚੰਗਾ।
ਅੱਛੇ ਰਿਜ਼ਲਟ ਦੇਵੇਗਾ। ਲਗਨ ਦਾ ਮਾਲਕ ਗੱਜ ਕੇਸਰੀ ਯੋਗ ਬਣਾ ਕੇ ਤੀਜੇ ਸਥਾਨ ਵਿੱਚ, ਕਿਸੇ ਰਿਸ਼ਤੇਦਾਰਾਂ ਦੇ ਜਾ ਸਕਦੇ ਆ, ਕੋਈ ਰਿਸ਼ਤੇਦਾਰ ਆ ਵੀ ਸਕਦੇ ਆ, ਜਿਸ ਕਰਕੇ ਮਨ ਦੀ ਖੁਸ਼ੀ ਤੁਹਾਨੂੰ ਆਲੇ ਦੁਆਲੇ ਸਰਕਲ ਦਾ ਸਾਥ ਵੀ ਅੱਛਾ ਦੇਵੇਗੀ। ਮਨੱਕੇ ਲੈ ਕੇ ਨਾ ਬੱਚਿਆਂ ਨੂੰ ਦਿਓ, ਇਹਦੇ ਨਾਲ ਮੰਗਲ ਸ਼ੁਭ ਫਲ ਦੇਵੇਗਾ, ਜੋ ਕਿ ਟੈਂਪਰੇਰੀ ਤੌਰ 'ਤੇ ਮੰਗਲਿਕ ਯੋਗ ਬਣਾ ਰਿਹਾ ਅਤੇ ਨਾਲ ਹੀ ਘਰੇਲੂ ਪਰੇਸ਼ਾਨੀਆਂ ਤੋਂ ਵੀ ਤੁਹਾਨੂੰ ਰਾਹਤ ਮਿਲੇਗੀ। ਠੀਕ, ਇਹ ਸੀ ਜੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਗ੍ਰਹਿ ਗੋਚਰ ਤੇ ਨਕਸ਼ਤਰ, ਗ੍ਰਹਿਆਂ ਦੀਆਂ ਸਥਿਤੀਆਂ ਮੁਤਾਬਕ ਆਪਾਂ ਚਰਚਾ ਕੀਤੀ। ਦੇਖਿਆ ਜਾਵੇ ਤਾਂ ਵਾਸਤੂ ਦਾ ਬੜਾ ਹੀ ਪ੍ਰਭਾਵ ਹੁੰਦਾ, ਕਿਉਂਕਿ ਵਸਤੂਆਂ ਦਾ ਸਹੀ ਜਗ੍ਹਾ 'ਤੇ ਹੋਣਾ, ਘਰ ਦੇ ਔਰੇ ਦਾ ਸਹੀ ਹੋਣਾ, ਜਿਸ ਜਗ੍ਹਾ 'ਤੇ ਅਸੀਂ ਰਹਿੰਦੇ ਹਾਂ, ਸੌਣਾ, ਨੀਂਦ ਆਉਣਾ, ਬੱਚਿਆਂ ਦਾ ਚੰਗੀ ਤਰ੍ਹਾਂ ਆਪਣੇ ਰਸਤੇ 'ਤੇ ਚੱਲਣਾ ਅਤੇ ਹਰ ਚੀਜ਼ ਦਾ ਪ੍ਰਭਾਵ ਤੁਹਾਨੂੰ ਸ਼ੁਭ ਮਿਲੇ, ਤਾਂ ਇਹਦੇ ਲਈ ਕੀ ਕਰਨਾ ਚਾਹੀਦਾ ਹੈ? ਘਰ ਵਿੱਚ ਕਦੇ ਕਦੇ ਕਪੂਰ ਦੀ ਟਿੱਕੀ ਜਲਾਉਣੀ ਚਾਹੀਦੀ, ਪਰ ਸਿਰਫ ਸ਼ੁੱਕਰਵਾਰ ਨੂੰ ਜਾਂ ਸ਼ਨੀਵਾਰ। ਕਪੂਰ ਜੋ ਹੈ, ਧੂੰਆਂ ਜੋ ਹੈ, ਭਾਵੇਂ ਉਹ ਕਪੂਰ ਦਾ ਹੋਵੇ ਅਤੇ ਭਾਵੇਂ ਉਹ ਕਿਸੇ ਵੀ ਚੀਜ਼ ਦਾ ਹੋਵੇ, ਧੂੰਆਂ ਰਾਹੂ ਦਾ ਘਰਕ ਮੰਨਿਆ ਜਾਂਦਾ। ਰਾਹੂ ਸ਼ੁੱਕਰ ਸ਼ਨੀ ਅਤੇ ਬੁੱਧ ਦਾ ਮਿੱਤਰ ਹੈ, ਤਾਂ ਇਸੇ ਤਰ੍ਹਾਂ ਹੀ ਅਗਰ ਕਪੂਰ ਦੀ ਟਿੱਕੀ ਹਮੇਸ਼ਾ ਘਰ 'ਚ ਧੂੰਆਂ ਕਰਨ 'ਤੇ ਰਾਹੂ ਸ਼ੁਭ ਫਲ ਨਹੀਂ ਦਿੰਦਾ, ਜਿਨ੍ਹਾਂ ਦਾ ਰਾਹੂ ਮਿੱਤਰ ਨਾ ਹੋਵੇ। ਹੁਣ ਮਿੱਤਰ ਤਕਰੀਬਨ ਕੁੰਭ ਲੱਗਣ ਵਾਲਿਆਂ ਜਾਂ ਮਕਰ ਲੱਗਣ ਵਾਲਿਆਂ ਦਾ ਮਿੱਤਰ ਹੈ, ਤਾਂ ਬਾਕੀਆਂ ਨੂੰ ਪਰੇਸ਼ਾਨੀ ਦਿੰਦਾ। ਹਮੇਸ਼ਾ ਕਪੂਰ ਦੀ ਟਿੱਕੀ ਹਰ ਰੋਜ਼ ਘਰ 'ਚ ਨਾ ਜਲਾਓ, ਉਸਨੂੰ ਸਿਰਫ ਸ਼ੁੱਕਰਵਾਰ, ਬੁੱਧਵਾਰ ਜਾਂ ਸ਼ਨੀਵਾਰ ਹੀ ਜਲਾਉਣੀ ਚਾਹੀਦੀ। ਇਸੀ ਵਾਸਤੇ ਟਿਪ ਸਮਾਂ ਇਜਾਜ਼ਤ ਦਾ। ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁਭ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।